الحمدللہ جی ایف ای 733 ایف ای 733 ایف ای 733 اپنے ششکین ہے اس دے نال کوئی ورائٹی کاٹی رلدی ہے بڑی اچھی ورائٹی ہے السلام علیکم ناظرین امید کردا میرے دیکھنے والے ناظرین ٹھیک ٹھاک ہون گے پہلے تے معذرت کردا کہ میں کافی عرصے تو ویڈیو نہیں بنا سکیا ਪੋਸਟੂ ਬਾਅਦ ਅੱਜ ਦੀ ਵੀਡੀਓ ਨੂੰ ਕਰਦੇ ਆਂ ਸ਼ੁਰੂ ਅੱਜ ਦੀ ਵੀਡੀਓ ਬਣਾ ਰਹੇ ਆਂ ਨਰਮੇ ਦੇ ਉੱਪਰ ਕਪਾਾਸ ਦੇ ਉੱਪਰ ਐਫ ਐਚ 333 ਵੈਰਾਈਟੀ ਦੇ ਉੱਪਰ ਐਫ ਐਚ 333 ਵੈਰਾਈਟੀ ਅਸੀਂ ਬੀਜੀਆ ਔਰ ਇਹਦਾ ਤਾਂ ਨਾ ਰਿਜ਼ਲਟ ਚੈੱਕ ਕਰਵਾਉਣੇ ਆ ਐਫਐਚ 333 ਔਰ ਐਸੀਕੇਸੀ 6 ਐਸੀ ਦੋ ਬਰਾਟੀਆਂ ਬੀਜੀਆਂ ਦੋਨਾਂ ਦਾ ਰਿਜ਼ਲਟ ਅੱਛਾ ਐਸੀਕੇਸੀ 6 ਕੋਸ਼ਰਸ਼ ਜ਼ਿਆਦਾ ਲੇਟ ਬੀਜੀਆ ਐਸੀ ਉਹ ਹਜੇ ਛੋਟਾ ਨਰਮਾ ਜਬਕੇ ਐਫਐਚ 333 ਦਾ ਰਿਜ਼ਲਟ ਤੁਹਾਡੇ ਸਾਹਮਣੇ ਹੈ ਤੁਹਾਨੂੰ ਚੈੱਕ ਕਰਵਾਉਣੇ ਆ ਤੁਹਾਡੇ ਪਿੱਛੇ ਜਰ ਆ ਰਿਹਾ ਹੋਗਾ ਐਫਐਚ 333 ਇਹ ਬੀਜਿਆ ਹੈ ਇਹਦਾ ਕਲੋਜ਼ ਵਿਜ਼ਿਟ ਵੀ ਤੁਹਾਨੂੰ ਕਰਵਾਉਣੇ ਔਰ ਇਹਦੀਆਂ ਖੂਬੀਆਂ ਤੁਹਾਨੂੰ ਦੱਸਦੇ ਆ ਇਹਦੇ ਚ ਕੀ ਕੀ ਇਹਦੀਆਂ ਖੂਬੀਆਂ ਨੇ ਔਰ ਇਹਦਾ ਸਾਨੂੰ ਹੁਣ ਤੱਕ ਕੀ ਰਿਸਪੌਂਸ ਰਿਹਾ ਕੀ ਰਿਜ਼ਲਟ ਰਿਹਾ ਅਲਹਮਦੁਲਿਲਾ ਜੀ ਐਫ ਐਚ 333 ਦੇ ਨਜ਼ਾਰੇ ਚੈੱਕ ਕਰੋ ਮਾਸ਼ਾਅੱਲਾ ਫਰੂਟਿੰਗ ਚੈੱਕ ਕਰੋ ਪੌਦਿਆਂ ਦੇ ਨਾਲ ਕਾਫੀ ਅੱਛੇ ਟਿੰਡੇ ਲੱਗੇ ਕਾਫੀ ਤਦਾਦ ਦੇ ਟਿੰਡੇ ਲੱਗੇ ਹੋਏ ਮਾਸ਼ਾਅੱਲਾ ਅੱਛਾ ਰਿਜ਼ਲਟ ਹੈ ਇਸ ਟਾਈਮ ਐਫ ਐਚ 333 ਦਾ ਸਫੈਦ ਮੱਖੀ ਦਾ ਕੁਝ ਹਮਲਾ ਹੈ ਸਫੈਦ ਮੱਖੀ ਦੀ ਸਪਰੇਅ ਕਰ ਰਹੇ ਹਾਂ ਬਾਕੀ ਅਲਹਮਦੁਲਿਲਾ ਹਰ ਤਰ੍ਹਾਂ ਬਚਿਆ ਹੋਇਆ ਔਰ ਅੱਛਾ ਫਰੂਟ ਪਕੜ ਰਿਹਾ ਔਰ ਜਿਹੜਾ ਫਰੂਟ ਨਾਲ ਤਿਆਰ ਆ ਖੇਡ ਰਿਹਾ ਵਾ ਚਨਾਈ ਜਨਾਈ ਵੇ ਦੀ ਸ਼ੁਰੂ ਕਰਨ ਵਾਲੀ ਹੈ ਤਮਾਮ ਪੌਦੇ ਚੈੱਕ ਕਰੋ ਤਮਾਮ ਪੌਦੇ ਮਾਸ਼ਾਅੱਲਾ ਫਰੂਟ ਦੇ ਨਾਲ ਲੱਦੇ ਹੋਏ ਲਓ ਜੀ ਐਫਐਚ 333 ਨੂੰ ਤੁਸੀਂ ক্লোਜ਼ ਚੈੱਕ ਕਰ ਸਕਦੇ ਆਂ ਕਰੀਬ ਤੋਂ ਕਿ ਕਿਸ ਤਰ੍ਹਾਂ ਦਾ ਰਿਜ਼ਲਟ ਆਇਆ ਹੈ ਮਾਸ਼ਾਅੱਲਾ ਦੀ ਗਰੋਥ ਅੱਛੀ ਆ ਔਰ ਫਲ ਵੀ ਨੂੰ ਥੱਲੇੋਂ ਸਟਾਰਟ ਹੋ ਜਾਂਦਾ ਨੀਚੇ ਤੋਂ ਫਲ ਸਟਾਰਟ ਹੋ ਕੇ ਉੱਪਰ ਤੱਕ ਮਾਸ਼ਾਅੱਲਾ ਜਾਂਦਾ ਜਿੰਨਾ ਜਿੰਨਾ ਇਸ ਟਾਈਮ ਬੂਟੇ ਨੇ ਕੱਦ ਕੀਤਾ ਉਹਨਾਂ ਅਲਹਮਦੁਲਿਲਾ ਫਰੂਟ ਦੇ ਨਾਲ ਕੀ ਇੰਡੀਆ ਨਾਲ ਭਰਿਆ ਹੋਇਆ ਔਰ ਇਹ ਇੱਕ ਅੱਛੀ ਵੈਰੈਟੀ ਆ ਐਫਐ 333 ਇਹ ਗਲਾਈਫੋਸੇਟ ਫ੍ਰੀ ਬੀਜ ਹੈ ਔਰ ਅਸਲੀ ਨੂੰ ਅਲਹਮਦੁਲਿਲਾ ਟਾਈਮ ਦੇ ਨਾਲ ਲੈ ਲਿਆ ਸੀ ਸਾਨੂੰ ਕਾਫੀ ਸਸਤਾ ਮਿਲ ਗਿਆ ਸੀ ਬਾਕੀ ਜਿਹੜੇ ਦੋਸਤਾਂ ਨੇ ਐਫਐ 333 ਬੀਜਿਆ ਹੋਇਆ ਉਹ ਕਮੈਂਟਸ ਵਿੱਚ ਆਪਣੀ ਰਾਏ ਦੱਸ ਸਕਦੇ ਆ ਕਿ ਉਹਨਾਂ ਦੇ ਕਿਹੋ ਜਿਹਾ ਰਿਜ਼ਲਟ ਐਫਐ 333 ਦੇ ਨਾਲ ਕਿਹੋ ਜਿਹਾ ਰਿਸਪੌਂਸ ਰਿਹਾ ਉਹਨੂੰ ਕਿਹੋ ਜਿਹਾ ਲੱਗਾ ਐਫਐ 333 ਬੀਜ ਕੇ ਸਾਡੇ ਦਾ ਅਲਹਮਦੁਲਿਲਾ ਐਫਐ 333 ਜਿਹੜੇ ਜਿਹੜੇ ਬੰਦੇ ਨੇ ਵੀ ਬੀਜਿਆ ਵਾ ਉਹ ਇਸ ਟਾਈਮ ਕਾਫੀ ਰਾਜ਼ੀ ਆ ਐਸ ਬੀਜ ਤੇ ਕਾਫੀ ਖੁਸ਼ ਨੇ ਲੋਗ ਐਫ ਐਸ 333 ਬੀਜ ਕੇ ਕਿ ਇਸ ਨੇ ਅੱਛਾ ਮਾਸ਼ਾਅੱਲਾ ਫਲ ਦਿੱਤਾ ਵਾ ਔਰ ਲੋਗਾਂ ਦੀਆਂ ਉਮੀਦਾਂ ਤੇ ਪੂਰਾ ਉਤਰਿਆ ਜੇ ਚੈੱਕ ਕਰੋ ਕਿ ਇੱਕ ਇੱਕ ਸ਼ਾਖ ਦੇ ਨਾਲ ਮਾਸ਼ਾਅੱਲਾ 6 6 7 7 ਟਿੰਡੇ ਲੱਗੇ ਹੋਏ ਮੌਜੂਦ ਆ ਔਰ ਮਜ਼ੀਦ ਅਕੇ ਲੱਗ ਰਹੇ ਨੇ ਫੁੱਲ ਦੂਸਰੇ ਨੰਬਰ ਤੇ ਗਲਾਈਫੋਸੇਟ ਆ ਬੜੀ ਮौज ਆ ਇਹਦੀ ਕਿ ਜਿਹੜਾ ਵੀ ਫਸਲ ਹੈ ਜੇਕਰ ਕੋਈ ਘਾਸ ਬੂਟੀ ਕੋਈ ਕਾਹ ਵਗੈਰਾ ਹੁੰਦਾ ਵਾ ਤੇ ਸਪਰੇਅ ਕਰ ਸਕਦੇ ਤੁਸੀਂ ਉੱਪਰ ਗਲਾਈਫੋਸਟ ਜੀ ਤੇ ਐਸੇ ਲਾਹ ਦੇ ਨਾਲ ਇਹਦੇ ਉੱਪਰ ਮਿਹਨਤ ਕਮ ਹੁੰਦੀ ਹੈ ਕਿ ਗੋਡੀ ਦੀ ਮਿਹਨਤ ਬਚ ਜਾਂਦੀ ਹੈ ਗੋਡੀ بار بار ਨਹੀਂ ਕਰਨੀ ਪੈਂਦੀ ਉਹੀ ਗੋਡੀ ਦੀ ਬਜਾਏ ਤੁਸੀਂ ਦੋ ਤਿੰਨ ਸਪਰੇਆ ਕਰ ਦੋ ਇਹਨੂੰ ਤੇ ਜਾਨ ਛੜਾਓ ਚੈੱਕ ਕਰਕੇ ਆਪਣਾ ਜਵਾਬ ਜ਼ਰੂਰ ਦੇਣਾ ਰਿਸਪੌਂਸ ਜ਼ਰੂਰ ਦਿਨਾ ਕਮੈਂਟਸ ਜ਼ਰੂਰ ਕਰਨਾ ਕਿ ਤੁਹਾਨੂੰ ਵੈਰਾਈਟੀ ਕੈਸੀ ਲੱਗੀ ਔਰ ਜਿਹੜੇ ਮੇਰੇ ਭਾਈਆਂ ਨੇ ਹੋਰ ਕਿਸੇ ਨੇ ਵੀਜੀ ਆ ਉਹਨਾਂ ਨੇ ਵੀ ਕਮੈਂਟਸ ਜ਼ਰੂਰ ਦੱਸਣਾ ਕਿ ਉਹਨਾਂ ਦੇ ਵੈਰਾਈਟੀ ਕਿਹੜੀ ਅੱਛੀ ਰਹੀ ਹੈ ਆ ਦੇਖੋ ਮਾਸ਼ੱਲਾ ਨਜ਼ਾਰੇ ਐਸ ਦੇ ਹੋਤੇ ਤੇ ਨੀਚੇ ਲਾਕੇ ਉੱਪਰ ਤੱਕ ਭਰੇ ਆ ਜਿੱਡਾ ਕਿ ਵੀ ਪੌਦਾ ਇਹਦਾ ਹੋਇਆ ਮਾਸ਼ਾਅੱਲਾ ਨੀਚੇ ਲਾਕੇ ਉੱਪਰ ਤੱਕ ਟਿੰਡਿਆਂ ਨਾਲ ਭਰੇ ਹੋਏ ਚੈੱਕ ਕਰੋ ਜਰਾ نیچے ਖੜ ਵੀ ਰਹੇ ਨੇ ਕੋ پاس ਬਾਕੀ ਜਿਹੜੇ ਮੇਰੇ ਭਾਈਆਂ ਨੇ ਐਸਐਸ 32 ਬੀਜਿਆ ਐਸਐਸ 160 ਬੀਜਿਆ ਜਾਂ ਦੂਸਰੀਆਂ ਵੈਰਾਈਟੀਆਂ ਬੀਜਿਆ ਨੇ ਉਹ ਵੀ ਮੇਰੇ ਭਾਈ ਥੱਲੇ ਕਮੈਂਟਸ ਕਰਕੇ ਦੱਸਣ ਕਿ ਉਹਨਾਂ ਦੀਆਂ ਵੈਰਾਈਟੀਆਂ ਕੈਸੀਆਂ ਰਹੀਆਂ ਅਸੀਂ ਆਪਣੇ ਤੁਹਾਨੂੰ ਫਸਲ ਦਾ ਵਿਜ਼ਿਟ ਕਰਵਾ ਕੇ ਆਪਣਾ ਇਜ਼ਹਾਰ ਆਪਣਾ ਰਿਸਪੌਂਸ ਆਪਣੀ ਤਰਫੋਂ ਬਿਲਕੁਲ ਪੋਜ਼ਿਟਿਵ ਰਿਸਪੌਂਸ ਦਿੱਤਾ ਬਿਲਕੁਲ ਸਹੀ ਗੱਲਬਾਤ ਦੱਸੀ ਹੈ ਕਿ ਜੋ ਸਾਡੇ ਨਾਲ ਸਾਨੂੰ ਰਿਜ਼ਲਟ ਮਿਲਿਆ ਬਿਲਕੁਲ ਉਹੀ ਰਿਜ਼ਲਟ ਦੱਸਿਆ ਇਹਦੇ ਕੋਈ ਵਧਾ ਚੜਾ ਕੇ ਜਾਂ ਕੋਈ ਕਮੀ ਬੇਸ਼ੀ ਕਰਕੇ ਨਹੀਂ ਅਸੀਂ ਦੱਸ ਰਹੇ ਇਹ 20 ਵੀ ਸਾਨੂੰ ਬੜਾ ਮਕੂਲ ਮਿਲ ਗਿਆ ਸੀ ਅਸੀਂ ਆਪਣੇ ਦੋਸਤ ਦੇ ਕੋਲ ਕਿਸੇ ਦੇ ਕੋਲ ਬੀਜ ਲਿਆ ਸੀ ਕਿ ਟਾਈਮ ਦੇ ਨਾਲ ਲੈ ਲਿਆ ਸੀ ਬੀਜ ਵੀ ਕਾਫੀ ਸਸਤਾ ਮਿਲ ਗਿਆ ਸੀ ਵੈਸੇ ਤਾਂ ਇਸ ਦਫਾ ਇਹਦੀ ਇਹ ਹੀ ਐਫਐਸ 333 ਤਕਰੀਬਨ 8000 8500 ਤੱਕ ਥੈਲੀ 5 ਕਿਲੋ ਵਾਲੀ ਵਿਕੀ ਹੈ ਜੀ ਬਾਕੀ ਚੈੱਕ ਕਰੋ ਜੀ ਆ ਵੀ ਆ ਸਾਰਾ ਐਫਐਸ 333 ਆ ਮਾਸ਼ਾਅੱਲਾ ਛਾ ਰਿਜ਼ਲਟ ਆ ਸਾਰੇ ਅਸ ਨਰਮੇ ਦਾ ਤੇ ਹੁਣ ਕਮੈਂਟਸ ਤੇ ਤੁਸੀਂ ਵੀ ਦੱਸਣਾ ਆਪਣੇ ਆਪਣੇ ਨਰਮੇ ਦਾ ਕਿਹੜਾ ਨਰਮਾ ਵਿੱਚ ਅਸੀਂ ਜੀ ਸ਼ਹਿਰ ਡਾਰਾ ਵਾਲਾ ਜ਼ਿਲ੍ਹਾ ਬਹਾਵਲਨਗਰ ਤੋਂ ਤਾਲਕ ਰੱਖਦੇ ਸਾਡੇ ਇਸ ਏਰੀਆ ਦੇ ਵਿੱਚ ਐਫਐ 333 ਸੀ ਕੈਸੀ 6 ਸੀ ਕੈਸੀ 7 ਐਸਐਸ 132 ਐਸਐਸ 132 162 ਇਹ ਵੈਰਾਈਟੀਆਂ ਜ਼ਿਆਦਾ ਬੀਜੀਆਂ ਜਾਂ ਬੀਜਾਂਗੀਆਂ ਨੇ ਔਰ ਇਹ ਵੈਰਾਈਟੀਆਂ ਤਕਰੀਬਨ ਸਾਰੀਆਂ ਕਾਮਯਾਬ ਵੈਰਾਈਟੀਆਂ ਬਾਕੀ ਜਿਹੜੇ ਬੰਦੇ ਨੇ ਆਪਣੀ ਤਰਫੋਂ ਕੋਈ ਬੀ ਬੀਜ ਸੀ ਉਹ ਨਾਕਾਮ ਹੀ ਰਹੇ ਨੇ ਬਾਕੀ ਇਹ ਵੈਰਾਈਟੀਆਂ ਸਾਰੀਆਂ ਅੱਛੀਆਂ ਆ ਰਹੀਆਂ ਬਾਕੀ ਤੁਸੀਂ ਹੁਣ ਆਪਣੀ ਤ ਆਪਣਾ ਜਹਾਰ ਜ਼ਰੂਰ ਕਰਨਾ ਕਿ ਤੁਸੀਂ ਕਿਹੜੀ ਫਸਲ ਬੀਜੀ ਸੀ ਕਿਹੜਾ ਬੀ ਬੀਜ ਸੀ ਕਪਾਸ ਦਾ ਔਰ ਖੁਦਾ ਕਿਸ ਤਰ੍ਹਾਂ ਰਿਸਪੌਂਸ ਰਿਹਾ ਤੁਹਾਨੂੰ ਤੇ ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਇਹ ਮਾਲੂਮਾਤ ਅੱਛੀ ਲੱਗੇਗੀ ਅਗਰੇ ਵਾਰ ਮਾਲੂਮਾਤ ਤੁਹਾਡ ਨੂੰ ਅੱਛੀ ਲੱਗੇ ਤੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਔਰ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਇੱਕ ਮਿਲਦੇ ਆਂ ਅੰਦਾ ਨੈਕਸਟ ਵੀਡੀਓ ਦੇ ਨਾਲ ਜਜ਼ਾਕ ਅੱਲਾ ਅੱਲਾ ਹਾਫਿਜ਼